ਸਤਿ ਸ਼੍ਰੀ ਅਕਾਲ ਜੀ ਭੈਣਾਂ ਅਤੇ ਭਰਾਵਾਂ ਨੂੰ, ਮੈਂ ਤੁਹਾਡਾ ਆਪਣਾ ਡੇਵਿਡ ਸ਼ੁਕਰਾਵਾ ਲੈ ਕੇ ਅੱਜ ਨਵਾਂ ਬਲੌਗ, ਅਤੇ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਮੈਂ ਔਕਲੈਂਡ ਆਇਆ ਹਾਂ ਅਤੇ ਪਰਸੋਂ ਗਏ ਸੀ ਆਪਾਂ ਸੈਟਰਡੇ ਮੈਚ ਦੇਖਣ ਰਗਬੀ ਦਾ, ਉਹ ਵੀਡੀਓ ਮੈਂ ਅਪਲੋਡ ਕੀਤੀ ਹੋਈ ਆ। ਅਤੇ ਅੱਜ ਮੈਂ ਆਪਣੇ ਜਿਹੜੇ ਸਾਡੇ ਸਿਸਟਰ ਆ ਭਾਜੀ ਹੁਣੇ ਉਹਨਾਂ ਦੇ ਮੈਂ ਘਰ ਆਇਆ ਪਾਪਾ ਕੋਰਾ, ਅਤੇ ਅੱਜ ਹੁਣ ਬੱਜ ਜਾਣ ਦੀ ਤਿਆਰੀ ਵਾਪਸ ਹੇਸਟਿੰਗ ਨੂੰ, ਅਤੇ ਬਸ ਰੈਡੀ ਹੋਏ ਹਾਂ। ਅਤੇ ਹੁਣ ਉਹ ਮਾੜਾ ਜਿਹਾ ਇੱਥੇ ਉਹਨਾਂ ਚਾਚਾ ਹੈ ਭਾਜੀ ਹੁਣ ਚਾਚਾ ਜੀ ਇੱਥੇ ਰਹਿੰਦੇ ਆ, ਉਹਨਾਂ ਕੋਲ ਗਏ ਵਾ, ਅਤੇ ਬਸ ਆਉਣ ਵਾਲੇ ਆ ਉਹ, ਅਤੇ ਜਦੋਂ ਆਉਂਦੇ ਆ ਤੁਹਾਨੂੰ ਮਿਲਾਉਂਦੇ ਹਾਂ। ਅਤੇ ਨਾਲੇ ਆਪਾਂ ਅੱਜ ਚੱਲਦੇ ਹਾਂ ਹੇਸਟਿੰਗ ਨੂੰ, ਅਤੇ ਕੱਲ੍ਹ ਤੋਂ ਆਪਾਂ ਆਪਣੀ ਜੋਬ ਕੰਮ ਸ਼ੁਰੂ। ਠੀਕ ਹੈ ਜੀ, ਦੋ ਤਿੰਨ ਦਿਨ ਘੁੰਮ ਲਿਆ ਬਹੁਤ ਆ। ਅਤੇ ਤੁਹਾਨੂੰ ਦਿਖਾ ਕਲਾਡੀ, ਕਲਾਡੀ ਪਤਾ ਨਹੀਂ ਕਿੱਥੇ ਗਿਆ, ਕਲਾਡੀ ਕਿੱਥੇ ਗਿਆ, ਆਓ ਦੇ। ਹੈਲੋ ਹੈਲੋ ਹੈਲੋ, ਆਓ ਦੇ ਕਹਿੰਦੇ ਮੈਂ ਭਾਜੀ ਵੀ ਆ ਗਿਆ, ਮੈਨੂੰ ਲੱਗਦਾ ਭਾਜੀ ਵੀ ਆ ਗਿਆ, ਆਓ ਦੇ ਭੈਣ ਵੀ ਆ ਗਿਆ, ਭਾਜੀ ਵੀ ਆ ਗਿਆ। ਜਾਇਆ ਕਿੱਦਾਂ ਭਾਜੀ, ਹੋ ਗਿਆ? ਹੋ ਗਿਆ ਹੋ ਗਿਆ, ਵਧੀਆ ਠੀਕ ਆ। ਕਲਾਡੀ ਜੁੱਤੀਆਂ ਦੇਖ ਲਿਆ ਗੱਲ ਤੋਂ ਆਰੰਦਾ, ਕੋਈ ਨਹੀਂ ਆ ਗਿਆ ਆ ਜਾ ਆ ਜਾ, ਕੀ ਹੋ ਗਿਆ ਸੀ ਕਮੀ, ਮੈਂ ਸਿਖਾ ਲੈ ਤੁਹਾਨੂੰ ਇਹ। ਹਾਂ ਮੈਂ ਤੇ ਬਹੁਤ ਕੱਟਦਾ ਹੈ ਇਹ ਵੀ ਇਹ। ਹਾਂ ਤਾਂ ਉਹਨੇ ਕਹਿੰਦੇ ਸੀਗੇ ਆਇਆ ਨਹੀਂ ਤੁਸੀਂ, ਮੈਂ ਫਿਰ ਹੁਣ ਮੈਂ ਨਾ ਚਾਹ ਬਣ ਕਰਨਾ ਪੈਸੇ, ਮੈਂ ਕਿਹਾ ਹੁਲੇ ਆਇਆ ਸੀਗਾ ਹੁਣ। ਅੱਛਾ ਹਾਂ, ਕੋਈ ਨਹੀਂ ਪੇਮੈਂਟ ਮੰਗਣਾ ਨੂੰ, ਮੈਂ ਕਿਹਾ ਉੱਠਿਆ ਸੀਗਾ ਸਰ ਜੇ ਡੇ ਲਾਈਟ ਸੇਵਿੰਗ ਆ ਕਿ ਅਸੀਂ ਵੀ ਲੇਟ ਹੀ ਆ, ਡੇ ਲਾਈਟ ਸੇਵਿੰਗ ਹੋਈ ਉੱਧਰ ਲੱਗ ਜਾਂਦਾ ਘੰਟਾ ਅੱਗੇ ਆ, ਪਿਛੇ ਹਫਤਾ ਕਈ ਕੰਮ ਚੱਲ ਜਾਣਾ ਹਨਾ। ਤੇ ਹੁਣ ਦੇਖ ਇੱਕ ਕਮ ਰਹਿ ਗਿਆ ਆਪਣਾ, ਜੀ ਤੁਹਾਨੂੰ ਕਾਰ ਦਿਖਾਉਂਦੇ ਆ, ਮੈਂ ਇੱਥੇ ਲੈ ਜਾ ਨਵੀਂ ਕਾਰ। ਇਹ ਕੀ ਆ ਭਾਈ, ਕਿਹੜੀ ਆ ਇਹ ਕਾਰ? ਇਹ 2017 ਮਾਡਲ ਆ, ਆਟੋ ਆ ਭਾਜੀ ਹੈ ਨਾ, ਆਟੋ ਕਾਰ ਪੈਟਰੋਲ 'ਤੇ ਭਾਜੀ ਹੈ ਨਾ, ਇਹ ਪੈਟਰੋਲ 'ਤੇ ਹੀ ਆ, ਮੈਂ ਕਿਹਾ ਪੈਟਰੋਲ 'ਤੇ ਹੀ ਆ। ਪੈਂਟ ਜਿਹਾ ਚੱਲੀ ਹੋ ਨਾ, ਪੈਂਟ ਜਿਹਾ ਚੱਲੀ ਹੋਗਾ, ਵਧੀਆ ਘਰ, ਬੜੀ ਘਰ ਆ। ਅਤੇ ਆਪਣੇ ਭਾਈ ਦਾ ਘਰ ਆ ਇਹ, ਉਹ ਆਪਣੀ ਘਰ ਖੜ੍ਹੀ ਆ, ਇੱਕ ਉਹ ਕੈਮਰੀ ਖੜ੍ਹੀ ਆ ਇਹਨਾਂ ਦੀ, ਭਾਈ ਉਹਨਾਂ ਦੀ ਬਸ ਤਿਆਰੀ ਆ ਆਪਣੀ ਹਾਈ ਸਟਰੀਮ ਜਾਣ ਦੀ ਹੁਣ। ਹੋਰ 10 ਮਿੰਟ ਦਾ ਤੁਰ ਪੈਣਾ ਆਪਣਾ ਹਿਸਟਰੀ ਨੂੰ ਜੀ। ਠੀਕ ਆ ਜੀ, ਆ ਬਾਹਰਲਾ ਪਾਸਾ ਏਰੀਆ ਇਹਨਾਂ ਦਾ ਭਾਜੀ ਦਾ, ਵੈਦਰ ਠੀਕ ਹੈ ਵਧੀਆ, ਜਿੱਥੇ ਹਵਾ ਚੱਲਦੀ ਮਾੜੀ ਮਾੜੀ ਇੱਦਾਂ ਠੀਕ ਹੈ ਵੈਦਰ। ਆ ਗੁਆਂਢੀ ਇਹਨਾਂ ਦੇ, ਇਹਦੀ ਕਾਰ ਆ ਮੁੰਡੇ ਦੀ, ਇਹ ਮੁੰਡੇ ਦੀ ਕਾਰ ਆ। ਉਹ ਭਾਵਨਾ ਕਿੱਦਾਂ, ਠੀਕ ਠਾਕ ਆ? ਹਾਂ ਵਧੀਆ ਵਧੀਆ। ਠੀਕ ਆ, ਕਿੱਧਰ ਨੂੰ ਜਾ ਰਹੀ ਆ ਹੁਣ? ਕੀਮਟ ਚੱਲ, ਕੀਮਟ ਚੱਲਣਾ। ਹਾਂ ਅੱਛਾ ਅੱਛਾ ਠੀਕ ਆ, ਕਲਿਆਣਾ ਕੁਛ ਵੈਸੇ ਹੀ, ਵੈਸੇ ਹੀ ਅੱਛਾ ਘੁੰਮਣ ਫਿਰਨਾ ਹੈ, ਇੰਜੋਏ ਜ਼ਿਆਦਾ ਨਾ, ਚਲੋ ਵਧੀਆ ਠੀਕ ਆ। ਹਾਂਜੀ ਆਪਾਂ ਪਹੁੰਚ ਗਏ ਟਿਰਾਓ, ਇੱਥੋਂ ਹੈਗਾ ਆ 7 ਕਿਲੋਮੀਟਰ ਹੈਗਾ ਟਾਪੂ ਰਹਿੰਦਾ ਜਿੱਦਾਂ, ਠੀਕ ਹੈ ਜੀ ਤੁਹਾਨੂੰ ਦਿਖਾਉਂਦੇ ਹਾਂ ਟਿਰਾਓ। ਆਪਣਾ ਆਇਆ ਮੁੰਡਾ ਦਾ ਹੈਗਾ, ਇਹ ਟਿਰਾਓ ਆ, ਇਹ ਤਾਂ ਡਰਿੰਕ ਡਰੁੰਕ ਲੈਂਦੇ ਪਰ ਕੋਈ
ਕੋਲ ਟੈਕਸ ਪੰਪ ਹੈ ਆਪਾਂ ਉੱਥੇ ਲੈਂਦੇ ਕੋਈ ਡਰਿੰਕ ਡਰੁੰਕ ਇੱਧਰ ਹੀ ਬਣਾਇਆ ਇੱਕ ਆ ਭੀੜ ਬਣਾਈ ਲੱਗਦੀ ਹੈ ਇਹ ਪਰੇ ਕਿੱਦਾਂ ਬਣਾਇਆ ਲੱਗਦਾ ਆ ਭੇਡਾਂ ਬਣਾਈਆਂ ਹੈ ਟੈਂਕ ਲੰਘ ਗਈ ਨਾ ਵੈਦਰ ਵਧੀਆ ਅੱਜ ਤਾਂ ਇੱਥੇ ਠੀਕ ਹੈ ਨਾ ਠੰਡੇ ਨਾ ਲੱਗ ਜੀ ਵਾਲੀ ਡਰਿੰਕ ਆਪਾਂ ਲੈ ਲਈਆ ਵੀ ਅਤੇ ਹੁਣ ਇਹ ਪੀਂਦੇ ਪੀਂਦੇ ਜਾਂਦੇ ਹਾਂ ਥੋੜ੍ਹੀ ਥੋੜ੍ਹੀ ਤਾਂ ਠੀਕ ਹੈ ਲੋੜ ਤਾਂ ਹੈ ਨਹੀਂ ਚਾਹੀਦੀ ਪਾਣੀ ਪੂਣੀ ਹੈਗਾ ਆਪਣੇ ਪਿਆ ਪੱਤੇ ਵੀ ਚਲਦੇ ਜਾਂਦੇ ਹਾਂ ਥੋੜ੍ਹੀ ਪੀ ਜਾਵਾਂਗੇ ਚਾਰ ਕੁ ਵਜੇ ਤੱਕ ਮੰਨ ਲਾ ਪਹੁੰਚੇ ਜਾਣਾ ਚਾਰ ਜਾਂ ਪੰਜ ਵਜੇ ਜਾਣੇ ਆ ਬਸ ਟਾਪੂ ਨਾਲੇ ਰਹਿ ਗਿਆ ਉੱਥੇ ਲੱਗੇ ਜੀ 60 ਕਿਲੋਮੀਟਰ ਹੈਗਾ ਅਤੇ 100 ਕਿਲੋਮੀਟਰ ਕਰਨਾ 100 ਕਿਲੋਮੀਟਰ ਟਾਪੂ ਹੈਗਾ ਇੱਥੋਂ ਜੀ ਰਸਤੇ ਵਿੱਚ ਟਾਪੂ ਤੋਂ ਤੇਲ ਪਵਾਵਾਂਗੇ ਆਪਾਂ ਉੱਥੇ ਬੜਾ ਚੀਪ ਤੇਲ ਆਉਂਦਾ ਉੱਥੇ ਆਉਣ ਲੱਗੇ ਨੂੰ ਉੱਥੇ ਪਾਇਆ ਸੀਗਾ ਅਤੇ ਜਾਣ ਲੱਗੇ ਉੱਥੇ ਪਵਾਵਾਂਗੇ ਤੇਲ ਆਪਾਂ ਹੈ ਜਦੋਂ ਆਪਾਂ ਟੋਕਰੋ ਤੋਂ ਪਟਾਰੂ ਜਾਂਦੇ ਹਾਂ ਰਸਤੇ ਵਿੱਚ ਟਿੰਬਰ ਮਿਊਜ਼ੀਅਮ ਆ ਟਿੰਬਰ ਮਿਊਜ਼ੀਅਮ ਆ ਵਧੀਆ ਇੱਥੇ ਯਾਨੀ ਕਿ ਬਣਾਇਆ ਬਸ ਕਲੋਥ ਹੋਣ ਲੱਗਾ ਸੀਗਾ ਮਾੜਾ ਮਾੜਾ ਜਿਹਾ ਪੁੱਛਿਆ ਮੈਂ ਕਿਹਾ ਦੇਖ ਲਵਾਂ ਅਤੇ ਆਹ ਦੇਖੋ ਇੰਜਨ ਕਿੰਨਾ ਪੁਰਾਣਾ ਹੈ ਇਹ ਅਤੇ ਬਣਾਇਆ ਇਹਦਾ ਅਤੇ ਕਿੱਦਾਂ ਕਿੱਡਾ ਬੜਾ ਇੰਜਣ ਆ ਇਹ ਅਤੇ ਕਿੱਦਾਂ ਇਹ ਚੱਲਦਾ ਹੋਊਗਾ ਇਹ ਕਰਾਰੀ ਜੀ ਦੇਖੋ ਕਿੱਡੀ ਬੜੀ ਇਹਦੀ ਲਿਖਿਆ ਮਿਊਜ਼ੀਅਮ ਟਿੰਬਰ ਮਿਊਜ਼ੀਅਮ ਅਤੇ ਇੱਥੇ ਤੁਹਾਨੂੰ ਦਿਖਾਲਦਾ ਹੋਰ ਉਹ ਸਾਹਮਣੇ ਕਰੇਨਾਂ ਪਈਆਂ ਉਹ ਇੰਜਣ ਹੈ ਇੱਧਰ ਆਹ ਇਹ ਪਤਾ ਨਹੀਂ ਆ ਮਸ਼ੀਨਾਂ ਹੈ ਪੁਰਾਣੀਆਂ ਓਲਡ ਜਿਹੜੀਆਂ ਸਾਰੀਆਂ ਪੁਰਾਣੀਆਂ ਮਿਲਦਾ ਸਭ ਤੋਂ ਓਲਡ ਜਿੱਦਾਂ ਹੈਗੀਆਂ ਉਹ ਚੀਜ਼ਾਂ ਬਣਾਈਆਂ ਹੈ ਨਾ ਇੱਥੇ ਸਾਰੀਆਂ ਇੱਥੇ ਰੱਖੀਆਂ ਜੋ ਦੇਖਣ ਨੂੰ ਬਣਾਈਆਂ ਹੈ ਕਿੰਨੇ ਵਧੀਆ ਆ ਗੇਅਰ ਵੀ ਦੇਖੋ ਇਹਦੇ ਬੈਟਰੀ ਵੀ ਬਣਾ ਜਾਣਾ ਆਈਆਂ ਕੈਟਰਪਿਲਰ ਦਾ ਇੰਜਣ ਵਿੱਚ ਇਹਦੇ ਰੱਖਿਆ ਅਤੇ ਉਹ ਇੰਜਣ ਆ ਚੜ੍ਹ ਚੁੜ੍ਹ ਤਾਂ ਹੋਣਾ ਜੀ ਮੁੱਲਾ ਦਾ ਵਿੱਚ ਇਹਦੇ ਦੇਖੋ ਕਿੰਨਾ ਪੁਰਾਣਾ ਆਇਆ ਵੀ ਵਿੱਚ ਨਹੀਂ ਮੁੱਲਾ ਚੜ੍ਹਾਉਣਾ ਇਹਦੇ ਮੈਨੂੰ ਲੱਗਦਾ ਚੜ੍ਹੂੰਗਾ ਵਿੱਚ ਇਹਦੇ ਦੇਖੋ ਕਿੰਨਾ ਪੁਰਾਣਾ ਆਏ ਮੁੱਠਾ ਮੁੱਠਾ ਕੀਤੀਆਂ ਸਾਰੀਆਂ ਆਹ ਮੇਰੇ ਸਟੇਅਰਿੰਗ ਆਹ ਦੇਖੋ ਲਾਈਟ ਵੀ ਲੱਗੀ ਵਿੱਚ ਵੇ ਆਹ ਦੇਖੋ ਕਿੰਨਾ ਉਹ ਗੇਅਰ ਗੂਰਿਆ ਇਹਦੇ ਅੱਥਰੀ ਗਈ ਅਤੇ ਆਹ ਦੇਖੋ ਇੰਜਣ ਮੂਹਰੇ ਆਹ ਬਲਬ ਲੱਗਦਾ 100 ਵਾਟ ਦਾ ਮੂਹਰੇ ਫਰੰਟ 'ਤੇ ਮੈਨੂੰ ਲੱਗਦਾ ਉੱਦਾਂ ਲੱਗਦਾ ਆਹ ਦੇਖੋ ਆਹ ਦੇਖੋ ਕਰੀ ਨਿਕਲੀ ਬੜੀ ਹੁੰਦੀ ਨਾ ਪਾਣੀ ਚੜ੍ਹ ਕੇ ਪਤਾ ਨਹੀਂ ਕਹਿਣਾ ਨਹੀਂ ਆਪਣਾ ਕਿਤੇ ਇਹ ਵੀ ਦੇਖੋ ਪਿੜ ਕੇ ਇਹਦੇ ਆਹ ਦੇਖੋ ਇਹਦੇ ਗੇਅਰ ਵੀ ਆਹ ਲੱਗੇ ਇਹਦੇ ਸੀਟ ਪਾਣੀ ਕਾਫੀ ਹੈ ਨਿਗਾਹ ਲੱਗਾ ਸਾਰਿਆਂ ਨੂੰ ਕਿਹੜਾ ਇੰਜਣ ਆ ਹਵਾ ਕਿੰਨਾ ਪੁਰਾਣਾ ਹੁੰਦਾ ਨਾ ਜਿੰਨੀ ਵਾਰੀ ਮੈਂ ਓਕਲੈਂਡ ਨੂੰ ਗਿਆ ਬਹੁਤ ਵਾਰੀ ਜਾਣੀ ਕਿ ਤੱਕਿਆ ਵੀ ਦੇਖਣਾ ਹੈ ਨਾ ਇਹ ਅੱਜ ਵੀ ਹੁਣ ਉਹ ਬੰਦਾ ਉਹ ਜਿਹੜਾ ਸੀਗਾ
ਝੰਡੇ ਚੱਕ ਕੇ ਚੱਲਾ ਸੀ, ਬੰਦੇ ਕਹਿਣ ਲੱਗੇ ਸੀ। ਪੁੱਛਿਆ ਮੈਂ ਕਿਹਾ ਮੈਂ ਵੀ 5 ਮਿੰਟ ਮੈਂ ਦੇਖਣਾ ਹੈ ਨਾ, ਕਹਿੰਦਾ ਚੱਲ ਠੀਕ ਹੈ, ਕਹਿੰਦਾ ਦੇਖ ਲਾ ਕਹਿੰਦਾ ਹੈ ਨਾ। ਉਹ ਅੰਦਰ ਤਾਂ ਵੈਸੇ ਉਹ ਬਣਾਇਆ ਟਾਪੂ ਟੁਟਾਲਾ ਟਿੰਬਰ ਸਭ ਕੁਛ ਮਤਲਬ ਅੰਦਰ ਹੈਗਾ ਆ ਮਤਲਬ ਦੇਖਣ ਨੂੰ, ਪਰ ਹੁਣ ਤਾਂ ਬੰਦ ਕਰਤਾ ਮਤਲਬ ਇਹਨੇ। ਅਤੇ ਆਹੀ ਚੀਜ਼ਾਂ ਬਾਹਰਲੀਆਂ ਜਿਹੜੀ ਚੀਜ਼ਾਂ ਸੀਗੀਆਂ ਆਪਾਂ ਇਹਦੀ ਵੀਡੀਓ ਬਣਾ ਲੈਂਦੇ ਹਾਂ ਹੈ ਨਾ, ਅਤੇ ਦੇਖ ਲੈਂਦੇ ਜੀ ਇਹਦਾ ਅੰਦਰ ਹੋਇਆ ਤਾਂ ਕੁਛ ਦੇਖਣ ਨੂੰ ਹੈ ਨਾ। ਜੇ ਆਪਾਂ ਅੰਦਰ ਗਏ ਤਾਂ ਅੰਦਰ ਜਾਣ ਦਿੱਤਾ ਤਾਂ ਨਹੀਂ, ਅੰਦਰ ਦੀ ਬਣਾ ਲੈਂਦੇ ਵੀਡੀਓ, ਨਹੀਂ ਤਾਂ ਫਿਰ ਨੈਕਸਟ ਟਾਈਮ ਜਦੋਂ ਆ ਜਾਣਾ ਫਿਰ ਪ੍ਰੋਪਰ ਬਣਾ ਕੇ ਜਾਣੀ ਵੀਡੀਓ ਹੈ ਨਾ। ਹੋਰ ਜਾਂਦਾ ਅਤੇ ਟੋਕਰੂ ਅਤੇ ਪਟਾਰੂ ਦੇ ਮੇਰੇ ਪਟਾਰੂ ਦੇ ਨਾਲ ਹੀ ਆ, ਦੋ ਇੱਕ ਦੋ ਕਿਲੋਮੀਟਰ ਪਟਾਰੂ ਤੇਰਾ ਇੱਥੋਂ ਹੈ ਨਾ। ਆਪਾਂ ਰੱਖੇ ਦੂਜੇ ਜੀ ਉਹ ਲਿਖਣਾ ਹੈ ਲੋਕ ਜਾ ਕੇ ਉਹ ਦੇਖੋ ਮੈਂ ਜੀ ਸਿਸਟਮ ਜਿਹਾ ਬਣਾ ਲਿਆ ਅੰਦਰ। ਮੈਂਟਰ ਆਫ ਆਫਿਸ ਦੇ ਦੇ ਖੁੱਲ੍ਹਾ ਜਾਂਦੇ ਜਾਂਦੇ ਤਾਂ ਹੈ ਨਾ, ਖੁੱਲ੍ਹਾ ਹੀ ਜਾਂਦਾ ਹੁੰਦਾ। ਆਹ ਜਿਹੜਾ ਪੁਰਾਣੇ ਸਾਰੇ ਬਣਾਏ ਹੋਏ ਉਹਨਾਂ ਦੇ ਆਹ ਫੋਟੋਆਂ ਪੁਰਾਣੀਆਂ ਸਾਰੀਆਂ ਨਵੀਆਂ ਓਲਡ। ਆਹ ਜਿਹੜਾ ਇੰਜਣ ਵਾਲਾ ਰੱਖਿਆ ਉਹ ਵਾਲਾ ਇੰਜਣ ਆ, ਉਹਦੀ ਫੋਟੋ ਲੈ ਜੂਗਾ। ਪਹਿਲਾਂ ਕਿੱਦਾਂ ਦਰਖਤ ਵੱਢਦੇ ਹੁੰਦੇ ਸੀਗੇ ਇਹ, ਆਹ ਰੇਲ ਗੱਡੀਆਂ ਇੰਜਣ ਆ ਕਿੱਦਾਂ ਲੈ ਕੇ ਆਉਂਦੇ ਆ, ਅਤੇ ਕਿਹੜੇ ਕਿਹੜੇ ਦਰਖਤ ਆ। ਇਹਦੇ ਫੋਟੋਆਂ ਲੱਗੀਆਂ ਇੱਧਰ ਵੀ ਦੇਖੋ, ਫੋਟੋਆਂ ਲੱਗੀਆਂ ਸਾਰੀਆਂ। ਆਹ ਇੰਜਣ ਵਾਲਾ ਜਿਹੜਾ ਬਾਹਰ ਰੱਖਿਆ ਹੈ, ਆਹ ਟਾਪੂ ਟੁਟਾਰਾ ਟਿੰਬਰ ਨਾਲ ਸਿਸਟਮ ਪ੍ਰੋਜੈਕਟ ਜਿਹਾ ਬਣਾਇਆ ਜਾ ਨਹੀਂ ਸਾਰੇ। ਆਹ ਨਕਸ਼ਾ ਇੱਥੇ ਦਾ ਸ਼ਹਿਰ ਦਾ ਬਣਾਇਆ। ਆਹ ਦੇਖੋ ਤੁਸੀਂ ਦੂਰ ਵੀ ਕੈਮਰਾ ਲੱਗਦਾ, ਮੈਂ ਤਾਂ ਬਹੁਤ ਪੁਰਾਣਾ ਇਹ ਹੈ ਨਾ। ਆਹ ਲਾਂਟਨਾਂ ਰੱਖੀਆਂ ਆ, ਬਹੁਤ ਪੁਰਾਣਾ ਰੱਖਿਆ ਸਮਾਨ, ਰੀਲਾਂ ਰੱਖੀਆਂ ਇਹ ਵਾਲੀਆਂ, ਕਾਫੀ ਪੁਰਾਣਾ ਸਮਾਨ ਰੱਖਿਆ। ਆਹ ਪਤਾ ਨਹੀਂ ਕਿਹੜਾ ਬ੍ਰਿਜ ਬਣਾਇਆ ਨੀ, ਫੌਜੀਆਂ ਫੋਟੋਆਂ ਆ, ਟਾਈਮ ਪੀਸ ਕਿੰਨਾ ਪੁਰਾਣਾ ਆ। ਆਹ ਟੇਪ ਕੋਲ ਲਾ ਦੀ, ਮੈਨੂੰ ਤਾਂ ਲਾ ਦੀ ਆ ਜਿਹੜੇ ਪੁਰਾਣੇ ਰਿਕਾਰਡਡ ਸੀ, ਮਤਲਬ ਉਹੀ ਲੱਗਦੇ ਆ। ਆਹ ਮੀਟਰ ਆ, ਇੰਡੀਆ ਵਿੱਚ ਵੀ ਹੁਣ ਵੀ ਚੱਲੀ ਜਾਂਦੇ ਇੱਦਾਂ ਦੇ, ਇੱਥੇ ਜਿਹੜੇ ਮਿਊਜ਼ੀਅਮ ਵਿੱਚ ਰੱਖੇ ਹੋਏ ਨਹੀਂ, ਸਾਡੇ ਇਹ ਚੱਲੀ ਜਾਂਦੇ ਸ਼ਿਪ, ਇੱਦਾਂ ਸ਼ਿਪ ਜਿਹੜੇ ਕਹਿੰਦੇ ਲੱਕੜਾਂ ਲਿਜਾਂਦੇ ਨੇ ਮੁੱਲਾਂ ਦਾ। 1905 ਵਿੱਚ ਹੈ ਬੈਲਟ ਬਾਏ ਜਾਰਜ ਨਿਕਲ, 1905 ਵਿੱਚ ਟੂ ਮਾਸਟਰ ਸਕੂਨਰ, 1905 ਦੇ ਵਿੱਚ ਬਣਾਇਆ ਕਹਿੰਦੇ ਵੀ ਇਹ। ਵਧੀਆ ਦੇਖਣ ਵਾਲਾ ਵੀ ਬਣਾਇਆ, ਜੇ ਕਿਤੇ ਤੈਨੂੰ ਗਾਏ ਤਾਂ ਨਾ ਜਿਹੜੇ ਜਾਂਦੇ ਔਕਲੈਂਡ ਨੂੰ ਜੂ ਦੇਖ ਜਾਇਆ ਉੱਥੇ ਤੁਸੀਂ, ਵਧੀਆ ਬਣਾਇਆ ਜੀ ਤੁਹਾਨੂੰ। ਆਹ ਐਲਬਮ ਪੂਰੀ ਰੈਡੀ ਕੀਤੀ ਹੋਵੇ ਅਤੇ ਪੂਰੀ ਬਣਾਈ ਹੋਈ ਨਹੀਂ ਹੈ ਨਾ। ਸਟੀਮ ਸੈਟਰ ਕਿਹੜਾ ਬਣਾਇਆ ਨੀ, ਹੁਣ ਕਿੰਨਾ ਓਲਡ ਆ, ਘੜੀਆਂ ਉਹ ਪੁਰਾਣੀਆਂ ਘੜੀਆਂ ਪਈਆਂ ਹੈ ਹੈ ਨਾ।
ਜਾਂ ਉਧਰ ਵੀ ਬਣਾਇਆ ਹੈਗਾ ਕਾਫੀ ਜਿੱਦਾਂ ਦੇਖੋ ਨੂੰ ਬਣਾਇਆ ਜਾਂ ਨਹੀਂ ਆਹ ਭਾਂਡੇ ਭੁੰਡੇ ਤਿਆਰ ਕੀਤੇ ਹੋਏ ਸਾਰੇ ਆਹ ਲੱਕੜ ਦੇਖੋ ਆਹ ਪਾਟੋ ਟੋਟੋ ਲੋਕ ਆਹ 2000 ਸਾਲ ਪੁਰਾਣੀ ਆ ਕਹਿੰਦੇ ਬਰੇ ਦੋ ਹਜ਼ਾਰ ਸਾਲ ਇਨ ਟਾਪੂ ਵੋਲਕੇਨੋ ਇਰਪਸ਼ਨ ਉਹ ਦੇਖੋ ਆ ਰਹੀ ਕਿੱਡੀ ਬੜੀ ਆ ਵੀ ਦੋ ਹਜ਼ਾਰ ਸਾਲ ਪੁਰਾਣੀ ਹੈ ਵੀ ਕਹਿੰਦੇ ਆਹ ਲੋਕ ਕਿੱਦਾਂ ਕੰਮ ਕਰਦੇ ਪਹਿਲਾਂ ਕਿੱਦਾਂ ਕਰਦੇ ਸੀਗੇ ਬਹੁਤ ਵਧੀਆ ਦੇਖਣ ਵਾਲਾ ਵੀ ਜੇ ਕਿਤੇ ਕਿਤੇ ਗਿਆ ਜੀ ਇਹਦੇ ਨੂੰ ਜ਼ੋਰ ਦੇਖਿਓ ਇਹ ਵਧੀਆ ਬਣਾਇਆ ਆ ਦੇਖਿਓ ਤੁਸੀਂ ਘਰ ਦੇ ਨਕਸ਼ੇ ਬਣਾਏ ਉੱਥੇ ਹੈ ਨਾ ਆਹ ਚਾਹ ਵਾਲੀ ਕਿਸੇ ਦੀਆਂ ਪੁਰਾਣੀ ਜਿਹੜੀ ਸੀ ਹੁੰਦੀਆਂ ਉਹ ਵਾਲੀਆਂ ਲਾਲਟਨ ਇੱਧਰੋਂ ਹੋ ਗਈਆਂ ਜੇ ਭਾਂਡੇ ਭੁੰਡੇ ਤਿਆਰ ਕੀਤੇ ਜਾ ਰਹੇ ਨੀ ਬਾਕੀ ਵੀ ਬਰਡ ਆ ਗਿਆ ਬਹੁਤ ਵਧੀਆ ਬਣਾਇਆ ਜਾਂਦੇ ਨੇ ਬਾਹਰ ਦਾ ਪਤਾ ਨਹੀਂ ਦੇਖਣ ਜਾ ਰਹੇ ਨੇ ਮੈਨੂੰ ਲੱਗਦਾ ਜਾ ਸਕਦਾ ਮੈਨੂੰ ਲੱਗਦਾ ਨਹੀਂ ਆਹ ਬਣਾਇਆ ਜੀ ਤਾਂ ਇੱਧਰ ਫੇਰ ਆ ਪੌਣ ਚੱਕੀ ਖੜੀ ਕੀਤੀ ਆ ਵਧੀਆ ਦੇਖਣ ਵਾਲਾ ਸਾਰਾ ਵੀ ਇਹ ਟਾਈਮ ਕੱਢ ਗਿਆ ਬੰਦਾ ਚੰਗਾ ਕਾਫੀ ਜਿੱਦਾਂ ਪਹਿਲਾਂ ਆ ਜਾਵੇ ਹੁਣ ਤਾਂ ਉਹਨੇ ਬੰਦ ਕਰਨਾ ਅਤੇ ਜਾਣਾ ਆ ਜਾਣਾ ਆ ਬੰਦ ਕਰਨਾ ਇਸ ਕਰਕੇ ਮੈਨੂੰ ਥੋੜ੍ਹੀ ਜਿਹੀ ਖਾਲੀ ਆ ਨੈਕਸਟ ਟਾਈਮ ਜਦੋਂ ਆਇਆ ਪ੍ਰੋਪਰ ਦੇਖਾਂ ਚੰਗੀ ਤਰ੍ਹਾਂ ਇਹਨੂੰ ਹੈ ਨਾ ਠੀਕ ਹੈ ਨਾ ਵਧੀਆ ਬਣਾਇਆ ਇਹ ਠੀਕ ਹੈ ਜੀ ਚੱਲਦੇ ਹਾਂ ਜੀ ਹੁਣ ਆਪਾਂ ਮਿਲਦੇ ਹਾਂ ਟਾਪੂ ਜਾ ਕੇ ਥੈਂਕਸ ਸਰ ਥੈਂਕ ਯੂ ਵੈਰੀ ਮੱਚ ਥੈਂਕ ਯੂ ਮੱਚ ਤੁਹਾਨੂੰ ਉਹ ਕਰਦੇ ਜੀ ਆਪਾਂ ਉਹਦਾ ਚੱਲ ਗਏ ਜਦੋਂ ਆਪਾਂ ਟਾਪੂ ਤੋਂ ਆਉਂਦੇ ਹਾਂ ਨਾ ਤੈਨੂੰ ਪਤਾਰੂ ਦੇ ਪਤਾਰੂ ਤੋਂ ਪਿੱਛੇ ਰਹਿ 3 ਕਿਲੋਮੀਟਰ ਬਹੁਤ ਵਧੀਆ ਅੰਦਰ ਵਧੀਆ ਸਾਰਾ ਦੱਸਿਆ ਉਹਨੇ ਹਿਸਟਰੀ ਜਿਹੜੀ ਚੀਜ਼ ਹੈ ਦੱਸੀ ਹੋਈ ਜ਼ਰੂਰ ਆਇਓ ਤੁਸੀਂ ਵੀ ਇੱਥੇ ਹੁਣ ਲੱਗੇ ਆਪਾਂ ਤੇਲ ਪਵਾਉਣ ਇਹ ਗੱਲ ਪੰਪ ਹੈ ਅਤੇ ਸਭ ਤੋਂ ਚੀਪ ਤੁਸੀਂ ਲੱਗਾ ਉੱਧਰ ਪੁੱਟੇ ਖਰਦੇ ਮੈਨੂੰ ਲੱਗਦਾ 2 24 2 25 2 52 98 2 52 ਦਾ ਡੀਜ਼ਲ ਹੈਗਾ 2 25 91 2 24 ਆ ਅਤੇ ਸਾਡੇ ਹੇਸਟਿੰਗ ਵਿੱਚ ਤਾਂ ਕਾਫੀ ਆ ਆਪਣਾ ਤਾਂ ਬਹੁਤ ਜ਼ਿਆਦਾ ਆ ਅਤੇ ਇੱਥੋਂ ਟੈਂਕੀ ਫੁੱਲ ਕਰਾ ਲੈਂਦੀ ਆਪਾਂ ਆਉਣ ਲੱਗੇ ਜਾਣ ਲੱਗੇ ਇੱਥੋਂ ਚੀਪ ਪੈ ਜਾਂਦਾ ਆ ਲੈਣ ਦੇ ਲੱਗਦਾ ਲੱਗੀਆਂ ਆ ਤੁਰਦੇ ਨਹੀਂ ਪਤਾ ਨਹੀਂ ਕੀ ਬਾਹਲਾ ਰਸ਼ ਪਾਇਆ ਲੱਗਦਾ ਗੱਲ ਪੰਪ ਆ ਹਾਂਜੀ ਹੁਣ ਆਪਾਂ ਟਾਪੂ ਦੇ ਪਹਾੜੇ ਵਿੱਚ ਐਂਟਰ ਕਰ ਗਏ ਹਾਂ ਅਤੇ ਰਸਤੇ ਵਿੱਚ ਇੱਕ ਵਾਇਪੁੰਗਾ ਫਾਲਸ ਆਉਂਦਾ ਆ ਤੁਹਾਨੂੰ ਮੈਂ ਦਿਖਾਉਂਦਾ ਇਹ ਜਿਹੜੇ ਤਾਂ ਹੇਸਟਿੰਗ ਤੋਂ ਨੇਪੇ ਜਾਂ ਟਾਪੂ ਜਾਂਦੇ ਆ ਉਹਨਾਂ ਸਾਰਿਆਂ ਪਤਾ ਇਹ ਕਿੰਨਾ ਦਾ ਵਿਊ ਆ ਅਤੇ ਝਰਨਾ ਇੱਧਰੋਂ ਹੀ ਪਾਣੀ ਆ ਰਿਹਾ ਇੱਧਰੋਂ ਹੀ ਪਾਣੀ ਆ ਰਿਹਾ ਪਾਣੀ ਦਾ ਟੱਪ ਜੀ ਹੈ ਸਾਡੇ ਝਰ ਹੋ ਰਿਹਾ ਇੱਥੇ ਆਪਾਂ ਜਿੰਨੇ ਵੀ ਲਾਉਂਦੇ ਆ ਮੋਸਟਲੀ ਇੱਥੋਂ ਹੋ ਕੇ ਜਾਂਦੇ ਦੇਖ ਕੇ ਜਾਂਦੇ ਆ ਦਰਸ਼ਨ ਕਰਕੇ ਜਾਂਦੇ ਆ ਸਾਰੇ ਜਿਵੇਂ ਵਧੀਆ ਬਣਾਇਆ ਜੀ ਵਧੀਆ ਜਾ ਕੇ ਹੇਸਟਿੰਗ ਘਰੇ ਜਾ ਕੇ ਆਪਾਂ ਵੀਡੀਓ ਬਣਾਉਣੀ ਆਪਾਂ ਠੀਕ ਹੈ ਜੀ